ਜਿਹੜਾ ਪੈਸਾ ਇਹਨਾਂ ਨੇ ਉੱਥੇ ਪੁਲਿਸ ਵਾਲਿਆਂ ਨੂੰ ਖਵਾਇਆ ਤਾਂ ਜਾਂ ਬਾਬੇ ਨੇ ਆਪ ਖਾਇਆ ਜੇ ਉਹ ਪੈਸਾ ਮੁੰਡੇ ਤੇ ਲਾ ਦਦੇ ਨਾ ਤੇ ਅੱਜ ਮੇਰਾ ਭਰਾ ਮੇਰੇ ਨਾਲ ਹੁੰਦਾ। ਥਾਰਾ ਦਬਾਅ ਬਣਾਇਆ ਜਾਂਦਾ ਪਿਆ ਪੁਲਿਸ ਕਹਿੰਦੀ ਹੈ ਕਿ ਉਹ ਇਹਦੀ ਘਰ ਵਾਲੀ ਨੇ ਸਿੱਧਾ-ਸਿੱਧਾ ਬਲੇਮ ਪਾਇਆ ਕਿ ਇਹ ਕੁੜੀ ਨੂੰ ਪੁਸ਼ ਜਦੋਂ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਉਹ ਉਹ ਮਤਲਬ ਉਹਦੀ ਡੈਥ ਨਹੀਂ ਹੋਈ ਹਸਪੀਟਲ 'ਚ ਉਹ ਦਾਖਲ ਹੋ ਗਿਆ। ਸਟੇਟਮੈਂਟ ਪੈਸਿਆਂ ਤੋਂ ਰਹਿ ਗਿਆ ਇੱਕ ਸਭ ਤੋਂ ਵੱਡੀ ਗੱਲ ਸਾਡੇ ਪਿਓ ਨੇ ਜਿਹੜਾ ਮੇਰਾ ਪਿਓ ਆ ਉਹੀ ਸਾਡਾ ਗੁਨੇਗਾਰ ਆ ਕਿਉਂਕਿ ਉਸ ਪਿਓ ਨੇ ਇੱਕ ਦੂਜਾ ਵਿਆਹ ਕਰਾਇਆ। ਹਾਂਜੀ ਕਰਵਾਇਆ ਦੂ ਸਰੂਪ ਸਿੰਘ ਦੀ ਸਗੀ ਭਤੀਜੀ ਕਹਿ ਰਹੀ ਆ ਕਿ ਸਰੂਪ ਸਿੰਘ ਬਹੁਤ ਜ਼ਿਆਦਾ ਚੀਜ਼ਾਂ ਦੇ ਗੁਣੇਗਾਰ ਆ ਇਹਨੇ ਇੱਕ ਹਸਾਬ ਦੇ ਦੇ ਦੋ ਭਰਾ ਖਾ ਗਿਆ ਜਿਸ ਭੈਣ ਵਿਚਾਰੀ ਕੱਲੀ ਰਹਿ ਗਈ ਇਸ ਟਾਈਮ ਇਸ ਦੁਨੀਆ ਤੇ ਐਦਾਂ ਦੇ ਪਤਾ ਨਹੀਂ ਕਿੰਨੇ ਘਰ ਇਹਨੇ ਖਰਾਬ ਕੀਤੇ ਆਪਣੇ ਹੀ ਹੁਣ ਆਪਣੀਆਂ ਭਤੀਜੀਆਂ ਯਾਨੀ ਕਿ ਇਹਦੀਆਂ ਆਪਣੀਆਂ ਧੀਆਂ ਨੇ ਸਰੂਪ ਸਿੰਘ ਦੀ ਇਹ ਬੇਟੀ ਇਹ ਸਮਝ ਉਹਦੇ ਤੇ ਕਾਰਵਾਈ ਕਰਾਉਣ ਦੀ ਕੋਸ਼ਿਸ਼ ਕੀਤੀ ਆ ਕੀ ਕਰੇ ਕਿ ਜੋ ਵੀ ਹੁਣ ਹੈਗਾ ਸਲੀਅਰ ਸਾਰਿਆਂ ਦੇ ਸਾਹਮਣੇ ਆ ਮੈਂ ਜਿੰਦੀ ਜਾਗਦੀ ਸਬੂਤੋਂ ਇਸ ਚੀਜ਼ ਦੀ ਮੇਰਾ ਘਰ ਬਰਬਾਦ ਕਰ ਦਿੱਤਾ ਮੇਰੇ ਦੋ ਭਰਾ ਮੁੱਕ ਗਏ ਸਿਰਫ ਇਹਨਾਂ ਦੀ ਵਜ੍ਹਾ ਨਾਲ ਇਹ ਬਹੁਤੀ ਪਹਿਲੀ ਹੈ ਨਾ ਸਾਡੀ ਜਿਹੜੀ ਜਾਇਦਾਦ ਹੈ ਪਿੱਛੋਂ ਉਹ ਬਾਬੇ ਸੁਖ ਸਿੰਘ ਦੇ ਕੋਲ ਆ ਉਹ ਹੋਂਦਾ ਅੱਜ ਤੋਂ ਘੱਟੋ ਘੱਟ ਵੀ 20 ਸਾਲ ਪਹਿਲਾਂ ਤੋਂ ਇਹਦੇ ਅੰਦਰ ਆ ਤੇ ਜੇ ਬਾਬੇ ਇੰਨੀ ਆ ਤਰਖਾਵਾਂ ਆਪਣੇ ਜਥੇ ਦੇ ਸਿੰਘਾਂ ਨੂੰ ਦੇਣ ਤੇ ਉਹਨਾਂ ਦਾ ਟੱਬਰ ਕਿਉਂ ਤੋਲੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਮੈਂ ਤੁਹਾਨੂੰ ਮਿਲਾਨ ਜਾ ਰਿਹਾ ਸੰਤ ਬਾਬਾ ਸਰੂਪ ਸਿੰਘ ਚੰਡੀਗੜ੍ਹ ਵਾਲਾ ਜਿਹੜਾ ਉਹਨਾਂ ਦੀ ਸਾਕੀ ਭਤੀਜੀ ਮੇਰੇ ਕੋਲ ਆਏ ਨੇ ਮੇਰੇ ਆਫਿਸ ਤੇ ਇਹ ਕਾਫੀ ਜ਼ਿਆਦਾ ਗੱਲਾਂ ਜਿਹੜੀਆਂ ਉਹ ਸੰਗਤ ਦੇ ਸਾਹਮਣੇ ਰੱਖਣਾ ਚਾਹੁੰਦੇ ਨੇ ਇਹਨਾਂ ਦੇ ਦੋ ਭਰਾ ਜਿਹੜੇ ਆ ਉਹ ਸੰਸਾਰ ਛੱਡ ਕੇ ਜਾ ਚੁੱਕੇ ਆ ਤੇ ਇੱਕ ਤੇ ਚਲੋ 2 ਸਾਲ 2 ਸਾਲ ਪਹਿਲਾਂ ਉਹਦੀ ਡੈਥ ਹੋ ਗਈ ਆ ਇੱਕ ਦਾ ਹਜੇ ਕਨਫਰਮ ਨਹੀਂ ਹੋ ਰਿਹਾ ਕਿ ਉਹਨਾਂ ਦੀ ਡੈਥ ਹੋ ਗਈ ਆ ਜਾਂ ਨਹੀਂ ਹੋਈ ਕਾਫੀ ਜ਼ਿਆਦਾ ਗੁੰਝਲਦਾਰ ਕੇਸ ਫਸਿਆ ਪਿਆ ਉਹਦੇ ਬਾਰੇ ਆਪਾਂ ਭੈਣਜੀ ਹੋਣਾ ਕੋ ਜਾਣਾਂਗੇ ਪੰਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਤੇ ਪਹਿਲਾਂ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਇਕਬਾਲ ਕੌਰ ਹੈ ਉਹਦਾ ਮੈਨੂੰ ਸੁਵਿਟੀ ਕਹਿੰਦੇ ਸਾਰੇ ਤੇ ਤੁਹਾਡਾ ਕੀ ਰਿਸ਼ਤਾ ਹੈ ਸਰੂਪ ਸਿੰਘ ਨਾਲ ਮੈਂ ਉਹਨਾਂ ਦੀ ਸਾਕੀ ਪਤੀ ਜੀ ਹਾਂ ਅੱਛਾ ਤੁਹਾਡੇ ਪਿਤਾ ਦਾ ਨਾਮ ਕੀ ਹੈ ਮੇਰੇ ਪਿਤਾ ਦਾ ਨਾਮ ਰਸ਼ਪਾਲ ਸਿੰਘ ਠੀਕ ਹੈ ਪਿੰਡ ਤੁਹਾਡਾ ਖੁਰਦਾ ਹੀ ਆ ਹਾਂਜੀ ਪਿੰਡ ਮੇਰਾ ਖੁਰਦਾ ਹੀ ਹੈ अच्छा मेनू एक चीज दसो की कुछ दिन पेहला ਤੁਹਾਡੇ ਤੇ ਤੁਹਾਡੀ ਸਕੀ ਪਰਚਾਈ ਨੇ ਹਾਂਜੀ ਯਾਨੀ ਕਿ ਜਿਹੜਾ ਤੁਹਾਡਾ ਬ੍ਰਦਰ ਹੈ ਹਰਜੀ ਹਾਂਜੀ ਹਾਂਜੀ ਉਹਦੀ ਵਾਈਫ ਨੇ ਕੰਪਲੇਂਟ ਕੀਤੀ ਆ ਹਾਂਜੀ ਕੀ ਕੰਪਲੇਂਟ ਆ ਤੇ ਤੁਹਾਡੇ ਨਾਲ ਕਿਸੇ ਹੋਰ ਤੇ ਵੀ ਕੀਤੀ ਇਹਨੇ ਕੰਪਲੇਂਟ ਹਾਂਜੀ ਉਹਨੇ ਕੰਪਲੇਂਟ ਕੀਤੀ ਆ ਤੁਹਾਡੇ ਤੇ ਚਾਰ ਜਣਿਆਂ ਤੇ ਜਿਹੜੇ ਪਠਾਨਕੋਟ ਵਾਲੇ ਬਾਬਾ ਹੀ ਆ ਬਸੰਤ ਸਿੰਘ ਹਾਂ ਉਹਨਾਂ ਨੇ ਕੀਤੀ ਹੈ ਉਹਨਾਂ ਦੀਆਂ ਦੋਵਾਂ ਕੁੜੀਆਂ ਦੇ ਰਾਜੂ ਦੀ ਤੇ ਪਿੰਦੂ ਦੀ ਤੇ ਮੇਰੇ ਤੇ ਕਿ ਇਹਨਾਂ ਨੇ ਆਪਣਾ ਭਰਾ ਗਾਇਬ ਕਰ ਦਿੱਤਾ ਅੱਛਾ ਮਤਲਬ ਤੁਹਾਡੇ ਤੇ ਤੁਹਾਡਾ ਭਰਾ ਗਾਇਬ ਕਰਨ ਦੇ ਦੋਸ਼ ਨੇ ਨੇ ਤੇ ਇਹੀ ਦਰਖਾਸਤ ਕਰਵਾਈ ਹੈ ਕਿ ਇਹਨਾਂ ਨੇ ਸ਼ਿਆਰਪੁਰ ਐਸਐਸਪੀ ਕੋਲ ਕਿ ਇਹਨਾਂ ਨੇ ਆਪਣਾ ਭਰਾ ਗਾਇਬ ਕਰ ਦਿੱਤਾ ਤੇ ਮੈਨੂੰ ਕੁਝ ਦੱਸਣ ਨਹੀਂ ਦੇ ਠੀਕ ਹੈ ਹਾਂਜੀ ਅੱਛਾ ਇੱਕ ਚੀਜ਼ ਮੈਨੂੰ ਦੱਸੋ ਕਿ ਜਿਹੜਾ ਉਹ ਤੁਹਾਡਾ ਭਰਾ ਹੈ ਆਪਣੀ ਵਾਈਫ ਦੇ ਤੁਹਾਡੀ ਪਰਚਾਈ ਯਾਨੀ ਕਿ ਉਹਦੇ ਆਪਣੀ ਵਾਈਫ ਦੇ ਨਾਲ ਰਹਿੰਦਾ ਸੀ ਜਾਂ ਕਿਤੇ ਹੋਰ ਰਹਿੰਦਾ ਹੈ ਦੇ ਨਾਲ ਨਹੀਂ ਰਹਿੰਦਾ ਇਹ ਵੀ ਬਾਬੇ ਦੇ ਕਾਰਨਾਮੇਆ ਕਰਕੇ ਉਹ ਦੇ ਨਾਲ ਨਹੀਂ ਰਹਿੰਦਾ ਤੇ ਉਹ ਰਹਿੰਦਾ ਸੀਗਾ ਪਠਾਨਕੋਟ ਬਾਬਾ ਬਸੰਤ ਸਿੰਘ ਉਹਨਾਂ ਦੇ ਗੁਰਦੁਆਰੇ ਉੱਥੇ ਡਿਊਟੀਆਂ ਕਰਦਾ ਸੀ ਬੱਚੇ ਸੰਭਾਲਦਾ ਸੀਗਾ ਉਹਨਾਂ ਦੀ ਸੇਵਾ ਕਰਦਾ ਸੀ ਤੇ ਉੱਥੇ ਹੀ ਉਹ ਰਹਿੰਦਾ ਅੱਛਾ ਸ਼ੁਰੂ ਤੋਂ ਗੱਲ ਦੱਸੋ ਕਿ ਇਹ ਕਿਉਂ ਕਿ ਉਹ ਆਪਣੇ ਘਰ ਕਿਉਂ ਨਹੀਂ ਰਹਿੰਦਾ ਸ਼ੁਰੂ ਤੋਂ ਗੱਲ ਦੱਸੋ ਕਿ ਉਹ ਵਿਦੇਸ਼ ਕਿਦਾਂ ਗਿਆ ਉਹ આજ ਤੋਂ 7-8 ਸਾਲ ਪਹਿਲਾਂ ਦੀ ਗੱਲ ਹੈ ਕਿ ਉਦੋਂ ਵੀ ਬਾਬੇ ਸਰੂਪ ਸਿੰਘ ਨੇ ਬਾਬਾ ਗੁਰਦੀਪ ਸਿੰਘ ਖਜਾਲੇ ਵਾਲੇ ਜਿਹੜੇ ਉਹਨਾਂ ਦੇ ਨਾਲ ਰਲ ਕੇ ਇਹਨੂੰ ਉਦੋਂ ਵੀ ਦੂਰ ਨੰਬਰ ਵਿੱਚ ਬਾਹਰ ਭੇਜਿਆ ਸੀਗਾ ਅੱਛਾ ਦੂਰ ਨੰਬਰ ਚ ਭੇਜਿਆ ਯੂਰਪ ਇਟਲੀ ਚ ਭੇਜਿਆ ਇਟਲੀ ਚ ਗਿਆ ਸੀਗਾ ਉਦੋਂ ਵੀ ਇਹ 6-7 ਸਾਲ ਉੱਥੇ ਰਹਿ ਕੇ ਆਇਆ ਉਦੋਂ ਸਾਰੀ ਇਨਕਮ ਜੋ ਵੀ ਇਹਦੀ ਕਮਾਈ ਸੀ ਉਹ ਬਾਬਾ ਜਾਨੇ ਇਕਾਰ ਵਲੀ ਜਾਨੇ ਇਨੇ ਉਦੋਂ ਵੀ ਬਾਬੇ ਸਰੂਪ ਸਿੰਘ ਨੇ ਬਾਬੇ ਗੁਰਦੀਪ ਸਿੰਘ ਨਾਲ ਰਲ ਕੇ ਨੂੰ 2 ਨੰਬਰ 'ਚ ਭੇਜਣ ਤੋਂ ਬਾਅਦ ਇਹ ਮੁੰਡਾ ਉੱਥੇ ਸੀਗਾ ਪਿਛੇ ਈ ਘਰ ਵਾਲੀ ਕੱਲੀ ਸੀ ਕਦੀ ਬਾਬਾ ਰਾਤੋਂ ਦਾ ਸੀ ਕਦੀ ਦਿਨੋਂ ਦਾ ਸੀ ਜੋ ਵੀ ਇਹਨਾਂ ਦੀ ਗੱਲਬਾਤ ਸੀਗੀ ਇਹਦੇ ਮੁੰਡੇ ਦੇ ਇੱਥੇ ਇੰਡੀਆ ਵਾਪਸ ਆਉਣ ਤੋਂ ਬਾਅਦ ਕਿਉਂਕਿ ਇਹਨੂੰ ਉੱਥੇ 2 ਨੰਬਰ 'ਚ ਜਾਣ ਕਰਕੇ ਇਹਨੂੰ ਡਿਪੋਟ ਕਰ ਦਿੱਤਾ ਅੱਛਾ ਇੱਕ ਚੀਜ਼ ਮੈਂ ਦੱਸਿਓ ਜਿੱਦਾਂ ਮੈਂ ਵੀ ਅੱਜ ਤੁਹਾਡੇ ਪਿੰਡੋਂ ਵੀ ਕਾਫੀ ਜਾਣਕਾਰੀ ਲਈ ਹੈ ਕਹਿੰਦੇ ਹਰ ਜੀ ਜਿਹੜਾ ਬਾਹਰੋਂ ਪੈਸਾ ਭੇਜਦਾ ਹੈਗਾ ਉਹਨੇ ਆਪਣਾ ਘਰ ਤਿਆਰ ਕੀਤਾ ਹਾਂਜੀ ਉਹਨੇ ਆਪਣੇ ਪੈਸਾ ਨਾਲ ਘਰ ਕੀਤਾ ਕਿਉਂਕਿ 8 ਸਾਲ 10 ਜਿਹੜੀ ਵੀ ਉਹਦੀ ਤਨਖਾਹ ਸੀ ਜੋ ਵੀ ਉਹਦੀ ਇਨਕਮ ਸੀ ਬਾਬਾ ਸੂਪ ਸਿੰਘ ਇਹਨੂੰ ਨਹੀਂ ਦਿੰਦਾ ਇਹਦੀ ਘਰ ਵਾਲੀ ਨੂੰ ਦਿੰਦਾ ਸੀ ਠੀਕ ਹੈ ਬਾਹਰ ਜਾਂ ਬਾਹਰ ਵੀ ਰਿਆ ਬਾਹਰ ਦੀ ਵੀ ਕਮਾਈ ਬਾਬੇ ਕੋਲ ਹੁੰਦੀ ਸੀ ਘਰ ਇਹਨੇ ਆਪਣੀ ਮਿਹਨਤ ਨਾਲ ਬਣਾਇਆ ਅੱਛਾ ਇੱਕ ਚੀਜ਼ ਦੱਸੋ ਕੀ ਇਹ ਗੱਲ ਸੱਚ ਹੈ ਕਿ ਜਿਹੜੀ ਹਰਜੀਤ ਦੀ ਵਾਈਫ ਆ ਉਹ ਪਹਿਲਾਂ ਹੀ ਮਤਲਬ ਕਹਿੰਦੇ ਕਿਹਾ ਜਾਂਦਾ ਕਿ ਉਹ ਬਾਬੇ ਦੀ ਸੰਗਤ ਚੋਂ ਹੀ ਬਾਬੇ ਦੇ ਕੰਟੈਕਟ ਚ ਹੀ ਤੇ ਫਿਰ ਹਰਜੀ ਨੂੰ ਤਾਂ ਵਿਆਹ ਹੋਇਆ ਹਾਂਜੀ ਬਾਬਾਈ ਦੀ ਸੰਗਤ ਵਿੱਚ ਸੀਗੀ ਸਾਰਾ ਕੁਝ ਬਾਬਾਈ ਨੇ ਆਪ ਕੀਤਾ ਬਾਬਾਈ ਨੇ ਨਾ ਕਿਸੇ ਨੂੰ ਨਹੀਂ ਪੁੱਛਿਆ ਨਾ ਮੰਮੀ ਨੂੰ ਨਾ ਡੈਡੀ ਨੂੰ ਸਾਨੂੰ ਤੱਕ ਨਹੀਂ ਪੁੱਛਿਆ ਆਪਣੀ ਮਰਜ਼ੀ ਨੇ ਤਰੀਕਾ ਰੱਖਿਆ ਆਪਣੀ ਮਰਜ਼ੀ ਨਾਲ ਕੁੜੀ ਪਸੰਦ ਕੀਤੀ ਇਹਨਾਂ ਨੇ ਸਭ ਕੁਝ ਆਪਣੀ ਸੰਗਤ ਵਿੱਚ ਆਪਣਾ ਐਮ ਬਣਾਉਣ ਵਾਸਤੇ ਕਿ ਉਹ ਇੱਕ ਸਾਫ ਦਾ ਕਿਨੂੰ ਵੇਚ ਦਿੱਤਾ ਉਹਨਾਂ ਦੇ ਕੋਲ ਠੀਕ ਹੈ ਜਦੋਂ ਹਰਜੀ ਡਿਪੋਰਟ ਹੋ ਕੇ ਬਾਹਰੋਂ ਆ ਜਾਂਦਾ ਆਪਣੇ ਘਰ ਫਿਰ ਉਹ ਆਪਣੇ ਘਰ ਕਿਉਂ ਨਹੀਂ ਰਿਹਾ ਆਪਣੇ ਘਰ ਤਾਂ ਨਹੀਂ ਰਿਹਾ ਕਿਉਂਕਿ ਬਾਬਾਈ ਦਾ ਉੱਥੇ ਦਿਨ ਰਾਤ ਆਉਣਾ ਜਾਣਾ ਸੀਗਾ ਬੈਣਾ ਖਲੋਣਾ ਸੀ ਸੰਗਤ ਇਹ ਜਥਾਏ ਦਾ ਉੱਥੇ ਜਾਂਦਾ ਸੀਗਾ ਬਾਬਾ ਇਹਨੇ ਬੜੇ ਬਾਬਾਈ ਦੇ ਤਰਲੇ ਲੇ ਕਿ ਤੁਸੀਂ ਮੈਨੂੰ ਆਪਣੇ ਨਾਲ ਰੱਖੋ ਬਾਬੇ ਨੂੰ ਇਹ ਸੀਗਾ ਕਿ ਜੇ ਇਹ ਮੇਰੇ ਨਾਲ ਰਿਹਾ ਤੇ ਮੈਂ ਉਹਦੇ ਕਾਰੋਬਾਰ ਕਿੱਦਾਂ ਜਾਵਾਂਗਾ ਕਿਵੇਂ ਆਪਣਾ ਜੋ ਵੀ ਆਪਣਾ ਸਿਸਟਮ ਹੈ ਜੋ ਵੀ ਮਤਲਬ ਘਰ ਇਹਦੇ ਜਿੱਦਾਂ ਤੁਹਾਡੀ ਪਰਜਾਈ ਜਿਹੜੀ ਉਹ ਆਪਣੇ ਘਰ ਇਕੱਲੀ ਰਹਿੰਦੀ ਰਹੀ ਆਪਣੇ ਇੱਕ ਦੋ ਬੱਚਿਆਂ ਨਾਲ ਹਾਂਜੀ ਇਕੱਲੀ ਸੀ ਬੱਚਾ ਇੱਕ ਬੇਟੀ ਸੀ ਛੋਟੀ ਜੀ ਸੀਗੀ ਤੇ ਇਕੱਲੀ ਰਹਿੰਦੀ ਸੀਗੀ ਕਿਉਂਕਿ ਮੰਮੀ ਦਾ ਤੇ ਬਾਬੇ ਦਾ ਆਉਣਾ ਜਾਣਾ ਉੱਥੇ ਬਹੁਤ ਜ਼ਿਆਦਾ ਜਦੋਂ ਮੈਂ ਤੁਹਾਡੇ ਮੈਂ ਹੁਣ ਕਿਸੇ ਤੁਹਾਡੇ ਪਿੰਡ ਦੇ ਕਿਸੇ ਬੰਦੇ ਨਾਲ ਗੱਲ ਕਰ ਰਿਹਾ ਹਾਂ ਇਹ ਕਹਿੰਦਾ ਬਾਬਾ ਦੀ ਦੀ ਰਾਤ ਤੱਕ ਵੀ ਜਾਂਦਾ ਸੀ ਇਹਦੇ ਜੱਥੇ ਦੇ ਵੀ ਇੱਕ ਦੋ ਬੰਦੇ ਜਾਂਦੇ ਰਹੇ ਸੀਗੀ ਪੂਰੀ سپورਟ ਸੀਗੀ ਬਾਬੇ ਨੂੰ ਅੱਛਾ ਬਾਬੇ ਦੀ ਪੂਰੀ سپورਟ ਹੀ ਹਾਂਜੀ ਠੀਕ ਹੈ ਫਿਰ ਉਹ ਘਰ ਛੱਡਣ ਦਾ ਕਾਰਨ ਕੀ ਬਣਿਆ ਉਹਦਾ ਕਾਰਨ ਛੱਡਣ ਦਾ ਕਾਰਨ ਇਹ ਹੀ ਸੀਗਾ ਕਿ ਬਾਬਾ ਦੇ ਰਾਤ ਜਾਂਦਾ ਸੀਗਾ ਹਰਜੀ ਨੂੰ ਇਹ ਕੰਮ ਪਸੰਦ ਨਹੀਂ ਸੀ ਜਿੱਦਨ ਹਰਜੀ ਬਾਹਰੋਂ ਆਇਆ ਬਾਬਾ ਹਰਜੀ ਨੂੰ ਸਭ ਕੁਝ ਵੇਖਿਆ ਉਹਨੇ ਸਭ ਕੁਝ ਪਤਾ ਲੱਗ ਗਿਆ ਤੇ ਉਹਨੂੰ ਸਾਈਡ ਕਰਨ ਵਾਸਤੇ अच्छा मतलब ओदे अपने घर कर तो ही ओनु घरੋਂ ਕੱਢ ਦਿੱਤਾ ਹਾਂਜੀ ਆਪਣੇ ਘਰੋਂ ਹੀ ਕੱਢ ਦਿੱਤਾ ਉਹਨੂੰ ਬੁਲਾਉਣਾ ਨਹੀਂ ਉਹਨੂੰ ਰੋਟੀ ਨਹੀਂ ਦੇਣੀ ਉਹਨੂੰ ਪੁੱਛਣਾ ਨਹੀਂ ਉਹਨੂੰ ਘਰੋਂ ਕੱਢ ਦਿੱਤਾ ਉਹ ਉੱਥੋਂ ਦੁਖੀ ਹੋ ਕੇ ਨਿਕਲਿਆ ਸੁਣੀ ਤੇ ਉਹਾਰ ਕੇ ਬਾਬੇ ਬਸੰਤ ਸਿੰਘ ਪਠਾਨਕੋਟ ਵਾਲੇ ਕੋਲ ਉੱਥੇ ਗਿਆ 6 ਸਾਲ ਹੋ ਗਏ ਉਹਨੂੰ ਉੱਥੇ ਰਹਿੰਦੇ ਨੂੰ 2014 ਤੋਂ ਲੈ ਕੇ ਹੁਣ ਤੱਕ ਉਹ ਉੱਥੇ ਰਹਿੰਦਾ ਸੀ ਅੱਛਾ 6 ਸਾਲ ਤੋਂ ਬਸੰਤ ਸਿੰਘ ਹੁਣਾਂ ਕੋਲ ਪਠਾਨਕੋਟ ਰਹਿੰਦਾ ਹੈ ਠੀਕ ਹੈ ਅੱਛਾ ਇੱਕ ਚੀਜ਼ ਦੱਸੋ ਕਿ ਹੁਣ ਜਦੋਂ ਉਹ ਆਪਣੇ ਲੱਗ ਰਹਿੰਦਾ ਸੀ ਹਾਂਜੀ ਤੇ ਫਿਰ ਉਹਨੇ ਕੋਈ ਅੱਗੇ ਕੁਝ ਆਪਣੇ ਜਿਉਂਕਿ ਜਿਹੜੇ ਸਾਹ ਨਾਲ ਮੇਰੇ ਕੋਲ ਵੀ ਸੰਗਤ ਜੀ ਉਹਦੀ ਆਡੀਓ ਪਹੁੰਚੀ ਆ ਕਿਉਂਕਿ ਮੇਰੇ ਉਹ ਪਿੱਛੇ ਕਾਫੀ ਸਮੇਂ ਤੋਂ ਮੇਰੇ ਨਾਲ ਫੋਨ ਤੇ ਗੱਲ ਕਰਦਾ ਸੀ ਉਹਨੇ ਮੈਨੂੰ ਫੋਨ ਤੇ ਇਹ ਗੱਲ ਦੱਸੀ ਸੀ ਕਿ ਬਾਬੇ ਦੇ ਜਿਹੜੇ ਕੰਟੈਕਟ ਆ ਸਰੂਪ ਸਿੰਘ ਦੇ ਉਹ ਮੇਰੇ ਘਰ ਚ ਬਹੁਤ ਜ਼ਿਆਦਾ ਨੇ ਹੁਣ ਉਹਦੇ ਘਰ ਦੇ ਨਾਲ ਇਦਾਂ ਦੇ ਕੰਟੈਕਟ ਨੇ ਕਿ ਮੈਂ ਇਸ ਟਾਈਮ ਸੰਗਤ ਦੇ ਸਾਹਮਣੇ ਉਹ ਨਹੀਂ ਰੱਖ ਸਕਦਾ ਤੁਸੀਂ ਆਪ ਸਿਆਣੇ ਹੋ ਜਾਣਦੇ ਹੋ ਤੇ ਉਹਨੇ ਮੈਨੂੰ ਉਹ ਗੱਲਾਂ ਬੜੀਆਂ ਉਹ ਤਗੜੀਆਂ ਗੱਲਾਂ ਦਸੀਆਂ ਫਿਰ ਉਹਨੇ ਦੱਸਿਆ ਕਿ ਇਹ ਚੀਜ਼ਾਂ ਭਾਜੀ ਮੇਰੇ ਬਰਦਾਸ਼ਤ ਤੋਂ ਬਾਹਰ ਹੋਈਆਂ ਮੈਂ ਆਪਣਾ ਘਰ ਛੱਡਿਆ ਜਦੋਂ ਘਰ ਛੱਡ ਕੇ ਪਠਾਨਕੋਟ ਰਹਿਣਾ ਸ਼ੁਰੂ ਕਰਦਾ ਆਂ ਫੀ ਚੀਜ਼ਾਂ ਜਿਹੜੀਆਂ ਉਹ ਚੋ ਬਾਬਾ ਇਨਵੋਲ ਵਾ ਸਮਝੋ ਕਿ ਬਾਬੇ ਦੀ ਦੇਖ ਰੇ ਵਿੱਚ ਹੀ ਮੇਰੀ ਘਰ ਦੀ ਚੱਲ ਰਹੀ ਆ ਤੇ ਫਿਰ ਕਿਉਂ ਨਾ ਮੈਂ ਡਿਵੋਰਸ ਲਵਾ ਇਦਾਂ ਹੀ ਹੋਇਆ ਹਾਂਜੀ ਇਦਾਂ ਹੀ ਠੀਕ ਫਿਰ ਉਹਨੇ ਤਲਾਕ ਲਾਇਆ ਆਪਣਾ ਹਾਂਜੀ ਉਹਨੇ ਤਲਾਕ ਦਾ ਕੇਸ ਲਾਇਆ ਸੀਗਾ ਪਠਾਨਕੋਟ ਉਹਦੇ ਵਿੱਚ ਵੀ ਜਦੋਂ ਇਹਨਾਂ ਨੇ ਵੇਖਿਆ ਕਿ ਨਿਕ ਤਲਾਕ ਦਾ ਕੇਸ ਲਾਤਾ ਤੇ ਬਾਬੇ ਸਰੂਪ ਸਿੰਘ ਨੇ ਆਪਣੀ ਇਹੜੀ ਘਰ ਵਾਲੀ ਦੀ ਹਮਾਇਤ ਨਾਲ ਇੱਕੋ 25 ਲੱਖ ਰੁਪਏ ਮੰਗਿਆ ਕਿ ਤੂੰ 25 ਲੱਖ ਰੁਪਏ ਦੇ ਦੇ ਤੇਰਾ ਫੈਸਲਾ ਕਰਵਾ ਦਿੰਦੀ ਆ ਜਦੋਂ ਘਰ ਉਹਦਾ ਨਹੀਂ ਬਾਹਰ ਉਹਦਾ ਨਹੀਂ ਪੈਲੀ ਉਹ ਕੋਈ ਕੁਝ ਨਹੀਂ ਉਹਦੇ ਕੋਲੋਂ ਗੁਰਦੁਆਰੇ ਰਹਿ ਕੇ ਰੋਟੀ ਖਾ ਕੇ ਗੁਜ਼ਾਰਾ ਕਰਨ ਡਿਆ ਉਹ 25 ਲੱਖ ਰੁਪਏ ਕਿੱਥੋਂ ਦਵੇ ਹਾਂਜੀ ਹੁਣ ਇਹਦੇ 'ਚ ਮੈਂ ਤੁਹਾਨੂੰ ਦੱਸਦਾ ਇੱਕ ਗੱਲ ਜਿਹੜੀ ਇਹ ਗੱਲ ਕੀਤੀ ਨਾ ਭੈਣ ਜੀ ਉਹਨਾਂ ਨੇ 25 ਲੱਖ ਦੀ ਇਸ ਗੱਲ ਗੱਲ ਦਾ ਮੇਰੇ ਕੋਲ ਕੀ ਪ੍ਰੂਫ ਆ ਕਿ ਮੇਰੇ ਕੋਲ ਖੁਦ ਹਰਜੀ ਨੇ ਫੋਨ ਕੀਤਾ ਸੀ ਕੁਝ ਮਹੀਨੇ ਪਹਿਲਾਂ ਉਹਨੇ ਦੱਸਿਆ ਕਿ ਸਰੂਪ ਸਿੰਘ ਜਿਹੜਾ ਉਹ ਮੇਰੇ ਕੋਲੋਂ 20 ਤੋਂ 25 ਲੱਖ ਰੁਪਏ ਦੀ ਡਿਮਾਂਡ ਕਰ ਰਿਹਾ ਕਿ ਮੈਂ ਤੇਰੀ ਤੇਰਾ ਖੜਾ ਛੜਾ ਦੇਣਾ ਤੇਰੀ ਘਰਵਾਲੀ ਨਾਲ ਤੂੰ ਐਨੇ ਪੈਸੇ ਦੇ ਦੇ ਹੁਣ ਉਹਦੇ ਕੋਲ ਕਮਾਈ ਦਾ ਸਾਧਨ ਕੁਝ ਨਹੀਂ ਹੈਗਾ ਘਰ ਉਹਨੇ ਆਪਣੀ ਮਿਹਨਤ ਨਾਲ ਬਣਾਇਆ ਉਹ ਸਰੂਪ ਸਿੰਘ ਨੇ ਉਹਦੀ ਘਰਵਾਲੀ ਨੂੰ ਦਬਾਤਾ ਠੀਕ ਹੈ ਇਹ ਆਪਣੇ ਘਰ ਚ ਜਾ ਨਹੀਂ ਸਕਦਾ ਘਰੋਂ ਉਹ ਬੇਕਾਰ ਹੋ ਗਿਆ 20-25 ਲੱਖ ਅਗਲਾ ਕਿੱਥੋਂ ਦਿੰਦਾ ਫਿਰ ਉਹਨੇ ਜਦੋਂ ਕੇਸ ਉਹਨੇ ਡਿਵੋਰਸ ਦਾ ਕੇਸ ਲਾਇਆ ਤੇ ਸਰੂਪ ਸਿੰਘ ਨੇ ਉਹਦੀ ਘਰ ਵਾਲੀ ਦਾ ਸਹਾਰਾ ਲੈ ਕੇ ਮਤਲਬ ਉਹਦੇ ਤੇ ਖਰਚੇ ਦਾ ਕੇਸ ਲਾਇਆ। ਇਦਾਂ ਹੀ ਹੋਇਆ? ਹਾਂਜੀ ਇਦਾਂ ਨੇ ਦਸੂਏ ਕਿ ਖਰਚੇ ਦਾ ਕੇਸ ਲਿਆ ਜਦੋਂ ਕੋਈ ਉਹਦੀ ਇਨਕਮ ਹੀ ਹੈ ਨਹੀਂ ਇਹਨੂੰ ਖਰਚਾ ਕਿੱਥੋਂ ਦਵੇ? ਉਹ ਇਹਨੂੰ ਇੰਨੀ ਗੱਲ ਕਹਿੰਦਾ ਸੀਗਾ ਕਿ ਮੇਰੇ ਨਾਲ ਪਠਾਨਕੋਟ ਆ ਜਾ ਮੈਂ ਜਿੱਥੇ ਮੈਂ ਖਾਂੜਿਆ ਉੱਥੇ ਤੂੰ ਵੀ ਖਾ। ਇਹ ਕਹਿੰਦੀ ਸੀਗੀ ਕਿ ਮੈਂ ਖੁਰਦਾ ਨਹੀਂ ਛੱਡਣਾ ਮੈਂ ਬਾਬਾ ਸਰੂਪ ਸਿੰਘ ਨਹੀਂ ਛੱਡਣਾ ਹੋਰ ਮੈਂ ਜਿੰਨੂੰ ਮਰਜ਼ੀ ਛੱਡ ਸਕਦੀ ਆ। ਉਹਦੀ ਇਹਨੂੰ ਪੂਰੀ ਸਪੋਰਟ ਸੀ ਇੱਥੇ ਤੱਕ ਕਿ ਬਾਬਾ ਜੀ ਨੇ ਬਾਬਾ ਸਰੂਪ ਸਿੰਘ ਨੇ ਕੋਰਟ ਵਿੱਚ ਵੀਡੀਓ ਕਾਲ ਤੇ ਗਵਾਹੀ ਦਿੱਤੀ ਐ ਇਸ ਚੀਜ਼ ਦੀ ਕਿ ਤੂੰ 25 ਲੱਖ ਰੁਪਏ ਦੇ ਤੇ ਤੇਰਾ ਅੱਜ ਫੈਸਲਾ ਕਰਵਾ ਦਿੰਦਾ ਹਾਂ ਜਿਸ ਤੋਂ ਮੁੰਡਾ ਕਿ ਇੰਨਾ ਪਰੇਸ਼ਾਨ ਸੀਗਾ ਕਿ ਅੱਜ ਤੁਹਾਡੇ ਸਾਹਮਣੇ ਐ ਸਾਰਿਆਂ ਦੇ ਕਿ ਉਹਦਾ ਕੁਸ਼ ਨਹੀਂ ਪਤਾ ਲੱਗਣ ਡਿਆ ਕਿ ਉਹ ਹੈਗਾ ਨਹੀਂ ਹੈਗਾ ਅਹੀਂ ਇੰਨੇ ਪਰੇਸ਼ਾਨ ਆ ਅਹੀਂ ਪਰੇਸ਼ਾਨ ਹੋਣ ਦੇ ਬਾਵਜੂਦ ਇਹ ਸਾਡੇ ਤੇ ਦਰਖਾਸਤ ਦੇਣ ਡਿਆ ਕਿ ਇਹਨਾਂ ਨੇ ਗਾਇਬ ਕਰ ਦਿੱਤਾ ਅਹੀਂ ਉਹਨੂੰ ਕਿੱਥੋਂ ਗਾਇਬ ਕਰ ਦੇਣਾ ਅੱਛਾ ਹੁਣ ਤੁਹਾਨੂੰ ਮੈਂ ਦੱਸਦਾ ਜਦੋਂ ਹਰਜੀ ਬਾਹਰ ਜਾਂਦਾ ਹੈ ਨਾ ਯੂਰਪ ਜਾਂਦਾ ਉਦੋਂ ਕੁਝ ਆਡੀਓ ਰਿਕਾਰਡਿੰਗਸ ਜਿਹੜੀਆਂ ਨੇ ਉਹ ਸਾਰਿਆਂ ਨੂੰ ਸੈਂਡ ਕਰਦਾ ਭੈਣ ਜੀ ਉਹਨਾਂ ਨੂੰ ਸੈਂਡ ਕਰਦਾ ਮੈਨੂੰ ਸੈਂਡ ਕਰਦਾ ਆਪਣੇ ਪਠਾਨਕੋਟ ਵਾਲੇ ਜਿਹੜੇ ਬਾਬਾ ਜੀ ਉਹਨਾਂ ਨੂੰ ਸੈਂਡ ਕਰਦਾ ਕੁਝ ਉਹਦੇ ਤੋਂ ਪਹਿਲਾਂ ਦੀਆਂ ਵੀ ਆਡੀਓ ਜਿਹੜੀਆਂ ਹੋਈਆਂ ਉਹ ਵੀ ਸੈਂਡ ਕਰਦਾ ਹੁਣ ਇਹਦਾ ਬਾਹਰ ਜਾਣ ਦਾ ਕਾਰਨ ਕੀ ਹੈਗਾ ਕਿ ਮੈਂ ਬਾਹਰ ਜਾਣਾ ਯੂਰਪ ਜਾਣ ਦਾ ਤਾਂ ਇਟਲੀ ਜਾਣ ਦਾ ਪਲਾਨ ਸੀ ਕਿ ਇਟਲੀ ਜਾ ਕੇ ਮੈਂ ਪੈਸੇ ਕਮਾਉਂਗਾ ਤੇ ਫਿਰ ਸਰੂਪ ਸਿੰਘ ਦੇ ਸਿਰ ਚ ਮਾਰੂੰਗਾ ਕਿ ਇਹ ਚੁੱਕ ਪੈਸੇ ਔਰ ਮੈਨੂੰ ਆਜ਼ਾਦ ਕਰ ਇਸ ਮਕਸਦ ਨਾਲ ਹਰਜੀ ਜਿਹੜਾ ਉਹ ਬਾਹਰ ਜਾਂਦਾ ਤੇ ਰਸਤੇ ਦੇ ਵਿੱਚ ਕੋਈ ਘਟਨਾ ਵਾਪਰ ਜਾਂਦੀ ਹੈ ਹੁਣ ਉਹਦੇ ਜਿਹੜੇ ਨਾਲ ਦੇ ਸਾਥੀ ਆ ਉਹ ਦੱਸਦੇ ਆ ਕਿ ਉਹਨੂੰ ਰਾਹ ਦੇ ਵਿੱਚ ਕੋਈ ਪ੍ਰੋਬਲਮ ਪੈ ਗਈ ਇਹ ਉਲਟੀਆਂ ਕਰਨ ਲੱਗ ਗਿਆ ਤੇ ਇਹਦੀ ਆਕਸੀਜਨ ਘਟ ਹੋਣ ਨਾਲ ਡੈਥ ਹੋ ਗਈ ਉਹਦੇ ਨਾਲ ਦੇ ਬੰਦੇ ਦੱਸਦੇ ਆ ਤੇ ਫਿਰ ਉਹਨੂੰ ਰਾਹ 'ਚ ਕਿਤੇ ਇਹਨਾਂ ਨੇ ਛੱਡਤਾ ਰੋਡ ਦੇ ਉੱਤੇ ਕਹਿੰਦੇ ਹੁਣ ਉਦੋਂ ਬਾਅਦ ਦਾ ਪਤਾ ਨਹੀਂ ਕਿ ਉਹ ਸੱਚੀ ਉਹਦੀ ਡੈਥ ਹੋ ਗਈ ਸੀ ਜਾਂ ਨਹੀਂ ਹੋਈ ਇਹ ਚੀਜ਼ਾਂ ਹਜੇ ਕਨਫਰਮ ਨਹੀਂ ਹੋ ਰਹੀਆਂ ਜਨਾਚਰ ਕੋਈ ਸਹੀ ਰਿਜ਼ਲਟ ਨਹੀਂ ਮਿਲਦਾ ਹੁਣ ਚਿਰ ਆਪਾਂ ਇਹਦਾ ਕੁਝ ਨਹੀਂ ਕਹਿ ਸਕਦੇ ਪੁਲਿਸ ਵੱਲੋਂ ਵੀ ਤੁਹਾਡੇ ਤੇ ਕੋਈ ਦਬਾਅ ਬਣਾਇਆ ਜਾ ਰਿਹਾ ਬਹੁਤ ਜ਼ਿਆਦਾ ਦਬਾਅ ਬਣਾਇਆ ਜਾਂਦਾ ਪਿਆ ਪੁਲਿਸ ਕਹਿੰਦੀ ਹੈ ਕਿ ਉਹ ਇਹਦੀ ਘਰ ਵਾਲੀ ਨੇ ਸਿੱਧਾ ਸਿੱਧਾ ਬਲੇਮ ਪਾਇਆ ਕਿ ਇਹ ਕੁੜੀ ਨੂੰ ਪੁੱਛੋ ਕਿ ਉਹ ਕਿੱਥੇ ਹੈ ਜੇ ਮੈਨੂੰ ਪਤਾ ਹੁੰਦਾ ਤੇ ਮੈਂ ਅੱਜ ਇੱਥੇ ਤੱਕ ਪਹੁੰਚਦੀ ਨਾ ਉਹਦਾ ਪੜਤਾਲ ਨਾ ਕਰਦੀ ਉਹ ਕਿੱਥੇ-ਕਿੱਥੇ ਨਹੀਂ ਇਹ ਅੱਜ ਇਹਨੂੰ ਪਤਾ ਲੱਗਿਆ ਕਿ ਇਹਦਾ ਘਰ ਵਾਲਾ ਅੱਜ ਇਹ ਕੇਸ ਕਰਦੀ ਫਿਰ ਅੱਜ ਦਰਖਾਸਤ ਦਿੰਦੀ ਪਈ ਦੀ ਉਦੋਂ ਨੇ ਕਿੱਥੇ ਸੀ ਜਦਦਨੇ ਮੁੰਡਾ ਟੱਕੇ ਖਾ ਰਿਹਾ ਸੀ ਬਿਲਕੁਲ ਜਦੋਂ ਉਹਦਾ ਘਰ-ਬਾਰ ਬਣਿਆ ਉਹ ਆਪਣੇ ਪਤੀ ਨੂੰ ਆਪਣੇ ਕੋਲ ਰੱਖਦੀ ਜਦੋਂ ਹਰਜੀਤ ਦੀ ਮੇਰੇ ਨਾਲ ਫੋਨ ਤੇ ਗੱਲ ਹੁੰਦੀ ਉਹ ਮੈਨੂੰ ਵੀ ਕਹਿੰਦਾ ਜਾਂਦਾ ਭਾਜੀ ਮੈਂ ਰੱਖ ਲੈਣਾ ਰੱਖਣ ਨੂੰ ਤਿਆਰ ਆ ਪਰ ਉਹ ਸਰੂਪ ਸਿੰਘ ਦਾ ਖਿਹੜਾ ਨਹੀਂ ਛੱਡਦੀ ਕਹਿੰਦਾ ਕਿੱਦਾਂ ਕਹਿੰਦਾ ਮੇਰਾ ਵੀ ਮਨ ਕਰਦਾ ਮੈਂ ਆਪਣੀਆਂ ਬੱਚੀਆਂ 'ਚ ਆਪਣੀਆਂ ਧੀਆਂ 'ਚ ਰਵਾਂ ਠੀਕ ਹੈ ਪਰ ਕਹਿੰਦਾ ਹੁਣ ਉਹਦਾ ਖਿਹੜਾ ਛੱਡੇ ਤੇ ਮੈਂ ਆਪਣੇ ਕੋਲ ਰੱਖਾਂ ਮੈਂ ਤੇ ਕਹਿੰਦਾ ਫਿਰ ਹੁਣ ਵੀ ਉਹ ਸਾਰੀਆਂ ਉਹਦੀਆਂ ਗਲਤੀਆਂ ਕੰਨਾ ਕਿ ਚਲੋ ਇੱਕ ਪਾਸੇ ਕਰ ਦੋ। ਇਸ ਗੱਲ ਨੂੰ ਮੈਂ ਖੋਦ ਉਹਨੂੰ ਕਹਿੰਨੇ ਕਿ ਚਲ ਹਰਜੀ ਕੁੜੀਆਂ ਵੱਲ ਵੇਖ ਤੇਰੀਆਂ ਕੁੜੀਆਂ ਹਨਾ ਦੋ ਤੂੰ ਛੱਡ ਦੇ ਜਿਹੜੀ ਗੱਲ ਉਹ ਮੰਦਾ ਸੀਗਾ ਇੱਥੇ ਤੱਕ ਹੀ ਪਠਾਨਕੋਟ ਵਾਲੇ ਦੀ ਕੁੜੀ ਇਹਦੇ ਘਰ ਗਈ ਉਹਨੂੰ ਕਿਹਾ ਪੂਰਾ ਕਿ ਚਲ ਰਿੰਪੀ ਤੂੰ ਆ ਜਾ ਇੱਥੇ ਅਹੀਂ ਤੇਰੇ ਨਾਲ ਵਾ ਇਸ ਕੁੜੀ ਜਨਾਨੀ ਨੇ ਬਾਬੇ ਦਾ ਸਾਥ ਨਹੀਂ ਦਿੱਤਾ ਆਪਣਾ ਘਰ ਵਾਲਾ ਛੱਡ ਦਿੱਤਾ ਸਭ ਕੁਝ ਛੱਡ ਦਿੱਤਾ ਉਹ ਸਾਰੀ ਚੀਜ਼ਾਂ ਦਾ ਜਿਹੜਾ ਰਜਾਇਤਾ ਅਜੇ ਆ ਗਿਆ ਕਿ ਉਹ ਮੁੰਡਾ ਮੁੱਕ ਗਿਆ। ਹਾਂਜੀ ਹੁਣ ਅੱਛਾ ਇਹਦੂ ਪਿੱਛੇ ਚਲ ਜੀਏ ਤੁਹਾਡਾ ਦੂਜਾ ਬ੍ਰਦਰ ਸਾਬ ਸਿੰਘ। ਹਾਂਜੀ ਹਾਂਜੀ ਉਹਦੇ ਬਾਰੇ ਮੈਨੂੰ ਦੱਸੋ ਕਿਉਂਕਿ ਉਹਦੇ ਤੇ ਵੀ ਸਿੱਧਾ-ਸਿੱਧਾ ਜਿਹੜਾ ਬਲੇਮ ਹੈ ਉਹ ਬਾਬੇ ਤੇ ਲੱਗਦਾ ਹੈ ਕਿ ਉਹਦੀ ਮੌਤ ਦਾ ਜ਼ਿੰਮੇਵਾਰ ਵੀ ਬਾਬਾ ਹੈ ਹਾਂਜੀ ਉਹ ਵੀ ਮੌਤ ਦਾ ਜ਼ਿੰਮੇਵਾਰ ਬਾਬਾ ਇਸ ਤਰ੍ਹਾਂ ਵਾ ਕਿਉਂਕਿ ਜਿਹੜੀ ਕੁੜੀ ਕਰਕੇ ਉਹਨੇ ਸੁਸਾਇਸਾਈਡ ਕੀਤਾ ਉਹ ਕੁੜੀ ਜਿਹੜੀ ਬਾਬੇ ਦੀ ਸੰਗਤ ਵਿੱਚ ਸੀਗੀ ਹਾਂ ਬਹੁਤ ਜ਼ਿਆਦਾ ਬਾਬੇ ਦਾ ਸੰਗਤ ਵਿੱਚ ਹੁਣ ਕਿ ਇਸ ਤੋਂ ਇੰਨਾ ਪੂਰਾ ਬਾਬੇ ਨੂੰ ਕਨਫਰਮ ਸੀਗਾ ਕਿ ਜਿਹੜਾ ਕੇਸ ਆ ਜਿਹੜਾ ਮੁੰਡੇ ਨੇ ਸੁਸਾਇਸਾਈਡ ਕੀਤੀ ਹੈ ਕਿਉਂ ਕੀਤੀ ਉਸ ਕੁੜੀ ਕਰਕੇ ਕੀਤੀ ਪਰ ਬਾਬੇ ਨੇ ਸਾਡੀ ਸਪੋਰਟ ਨਹੀਂ ਕੀਤੀ ਬਾਬੇ ਨੇ ਉਹਨਾਂ ਦੀ ਸਪੋਰਟ ਕੀਤੀ ਉਸ ਕੇਸ ਚ ਇਦਾਂ ਹੀ ਹੁਣ ਸਮਝਾ ਜੀ ਇਹ ਬੰਦਾ ਜਿਹੜਾ ਸਰੂਪ ਸਿੰਘ ਆ ਇਹ ਆਪਣਾ ਸਿਸਟਮ ਕਿਦਾਂ ਚਲਾਉਂਦਾ ਮੈਂ ਸਾਰਿਆਂ ਤੇ ਬਲੇਮ ਨਹੀਂ ਕਰਦਾ ਇਹ ਜ਼ਿਆਦਾਤਰ ਇਹਦਾ ਇਹਦਾ ਸਿਸਟਮ ਕੀ ਹੁੰਦਾ ਇਹਦਾ ਟਾਰਗੇਟ ਹੁੰਦਾ ਕਿ ਜਿਹੜਾ ਕੋਈ ਸਾਡੀ ਜਿਹੜੀ ਸਾਡੇ ਕੰਟਰੋਲ ਚ ਬੀਬੀ ਆ ਜਿਹੜੀ ਸਾਡੀਆਂ ਕਹਣੇ ਚ ਆ ਉਹ ਆਪਣੇ ਬੰਦਿਆਂ ਵੱਲ ਪਲਾਂਟ ਕੀਤੀਆਂ ਜਾਣ ਕਿ ਆਪਣੇ ਬੰਦੇ ਵੀ ਕਿਤੇ țeੜ-ਫੇੜ ਨਾ ਕਰ ਸਕਣ ਇਸੇ ਤਹਿਤ ਹੀ ਜਿੱਦਾਂ ਹਰਜੀ ਅੱਜ ਪਤਾ ਨਹੀਂ ਉਹ ਵੀਰ ਜਿੰਦਾ ਮਰ ਗਿਆ ਹਰੇ ਕੋਈ ਕਨਫਰਮ ਨਹੀਂ ਹੋ ਰਿਹਾ ਠੀਕ ਹੈ ਖਬਰਾਂ ਦੀਆਂ ਮੰਨੀਆਂ ਤੇ ਉਹ ਮਰ ਗਿਆ ਠੀਕ ਹੈ ਨਹੀਂ ਰਿਹਾ ਇਸ ਦੁਨੀਆ ਚ ਹੁਣ ਗੱਲ ਪਿਛਲੇ ਸਹਿਬ ਸਿੰਘ ਦੀ ਕਰ ਲਈਏ ਕਿ ਉਹ ਉਹਨੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਉਹਨੇ ਆਪਣੇ ਆਪ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਉਹਨੇ ਜਦੋਂ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਉਹ ਉਹ ਮਤਲਬ ਉਹਦੀ ਡੈਥ ਨਹੀਂ ਹੋਈ ਹਸਪੀਟਲ ਚ ਉਹ ਦਾਖਲ ਹੋ ਗਿਆ ਹੁਣ ਜਦੋਂ ਹਸਪੀਟਲ ਦਾਖਲ ਹੋ ਜਾਂਦਾ ਉਦੋਂ ਦਾ ਟ੍ਰੀਟਮੈਂਟ ਹੋਇਆ ਜਾਂ ਨਹੀਂ ਟ੍ਰੀਟਮੈਂਟ ਪੈਸਿਆਂ ਤੋਂ ਰਹਿ ਗਿਆ ਇੱਕ ਸਭ ਤੋਂ ਵੱਡੀ ਗੱਲ ਸਾਡੇ ਪਿਓ ਨੇ ਜਿਹੜਾ ਮੇਰਾ ਪਿਓ ਆ ਉਹੀ ਸਾਡਾ ਗੁਨਾਹਗਾਰ ਆ ਕਿ ਉਹਨੇ ਖੁਦ ਉੱਥੇ ਜਾ ਕੇ ਗਵਾਹੀ ਦਿੱਤੀ ਕਿ ਸਾਡਾ ਮੁੰਡਾ ਮੈਂਟਲ ਮੈਂਟਲੀ ਅਫਸੈਟ ਸਿਗਾ ਇਹਨੇ ਤਾਂ ਐਦਾਂ ਕੀਤਾ ਇਹਦੇ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ ਆ ਜਿਹੜਾ ਪੈਸਾ ਇਹਨਾਂ ਨੇ ਉੱਥੇ ਪੁਲਿਸ ਵਾਲਿਆਂ ਨੂੰ ਖਵਾਇਆ ਤਾਂ ਜੇ ਆ ਬਾਬੇ ਨੇ ਆਪ ਖਾਇਆ ਜੇ ਉਹ ਪੈਸਾ ਮੁੰਡੇ ਤੇ ਲਾ ਦਦੇ ਨਾ ਤੇ ਅੱਜ ਮੇਰਾ ਭਰਾ ਮੇਰੇ ਨਾਲ ਹੋਣਾ ਸੀ ਹੁਣ ਇਸ ਕੇਸ ਚ ਬਾਅਦ ਚ ਕੀ ਹੋਇਆ ਮੈਂ ਤੁਹਾਨੂੰ ਦੱਸ ਦੇਣਾ ਚੰਗੀ ਤਰ੍ਹਾਂ ਕਿ ਜਦੋਂ ਉਹਦੀ ਉਹਦੀ ਸਾਂਭ ਸੰਭਾਲ ਨਹੀਂ ਚੰਗੇ ਤਰੀਕੇ ਨਾਲ ਹੋਈ ਠੀਕ ਹੈ ਕਿਉਂਕਿ ਫਾਈਨੈਂਸ਼ਲੀ ਐਸਟ੍ਰੌਂਗ ਨਹੀਂ ਫਾਈਨੈਂਸ਼ਲੀ ਸਟਰੌਂਗ ਕੌਣ ਸੀ ਸਰੂਪ ਸਿੰਘ ਪੈਸਾ ਉਹ ਕੋ ਖੁੱਲਾ ਸੀ ਦੂਜੇ ਪਾਸੇ ਉਹਦੇ ਆਪਣੇ ਜਿਹੜੇ ਹੀਗੇ ਸੰਗਤੋ ਛੱਡ ਨਹੀਂ ਸਕਦਾ ਕਿਉਂਕਿ ਉਧਰੋਂ ਵੀ ਉਹਨੂੰ ਵਧੀਆ ਪੈਸਾ ਆਉਂਦਾ ਹੈਗਾ ਹੁਣ ਇਹ ਤਾਂ ਸਾਰੀਆਂ ਉਹਦੀਆਂ ਗੁੰਜਲਾਂ ਸੀ ਨਾ ਸਰੂਪ ਸਿੰਘ ਦੀਆਂ ਹੁਣ ਕੀ ਹੋ ਗਿਆ ਕਿ ਇਹ ਇਹਦੇ ਬਾਪ ਤੇ ਹੀ ਪ੍ਰੈਸ਼ਰ ਬਣਾਇਆ ਗਿਆ ਉਹ ਉਹ ਜਿਹੜਾ ਇਹਨਾਂ ਦਾ ਪਿਤਾ ਹੈ ਉਹ ਵੀ ਇੱਕ ਬਾਬਾ ਬਣਿਆ ਉਹ ਪਿੰਡ ਉੱਥੇ ਰਹਿੰਦਾ ਆਵਾਂਖੇ ਰਹਿੰਦਾ ਆਵਾਂਖੇ ਵਾਲਾ ਗੁਰਦੁਆਰਾ ਸਰੂਪ ਸਿੰਘ ਨੇ ਉਹਨੂੰ ਦਿੱਤਾ ਹੋਇਆ ਠੀਕ ਹੈ ਇਹ ਸਾਰੀਆਂ ਇਹੋ ਹੀ ਗਠਬੰਧਨ ਇਹਨਾਂ ਦੇ ਹੋਏ ਆ ਉਹ ਖੁਦ ਪਿਓ ਜਾ ਕੇ ਆਪਣੇ ਮੁੰਡੇ ਦੇ ਖਿਲਾਫ ਗਵਾਹੀ ਦਿੰਦਾ ਔਰ ਉਹ ਦਿੰਦਾ ਕਿਉਂ ਹੈ ਕਿਉਂਕਿ ਉਸ ਪਿਓ ਨੇ ਇੱਕ ਦੂਜਾ ਵਿਆਹ ਕਰਾਇਆ ਇਦਾਂ ਹੀ ਹਾਂਜੀ ਕਰਵਾਇਆ ਦੂਸਰਾ ਵਿਆਹ ਉਹਨੇ ਦੂਸਰਾ ਵਿਆਹ ਕਰਾਇਆ ਉਹ ਦੂਸਰੇ ਹੋਰ ਬੱਚਿਆਂ 'ਚ ਰਹਿੰਦਾ ਇਹ ਆਪਣੇ ਬੱਚੇ ਛੱਡਦੇ ਆ ਇਹਨਾਂ ਦਾ ਕੋਈ ਉਹਨੂੰ ਧਿਆਨ ਨਹੀਂ ਆਪਣੇ ਬੇਟੇ ਦਾ ਕੋਈ ਧਿਆਨ ਨਹੀਂ ਦੂਸਰੇ ਬੱਚਿਆਂ ਵੱਲ ਜ਼ਿਆਦਾ ਮੋਹ ਣ ਕਰਕੇ ਬਾਬੇ ਦਾ ਰੁਪਈਆ ਵੇਖ ਕੇ ਜਿੱਦਾਂ ਹਰਜੀਤ ਦੱਸਦਾ ਰਿਹਾ ਜਿੱਦਾਂ ਇਹ ਭੈਣ ਨੇ ਦੱਸਿਆ ਉਹਨੇ ਬਾਅਦ ਚ ਆਪਣੇ ਬੇਟੇ ਦੇ ਖਿਲਾਫ ਹੀ ਗਵਾਹੀ ਦੇਤੀ ਕਿ ਇਹ ਮੇਰਾ ਮੁੰਡਾ ਜਿਹੜਾ ਇਹ ਤੇ ਸ਼ਦਾਈ ਹੀ ਮੈਂਟਲੀ ਅਫਸੈਟਡ ਹੈ ਜਿਹੜਾ ਬੰਦਾ ਇੰਨੀ ਵਧੀਆ ਡਰਾਈਵਿੰਗ ਕਰਦਾ ਮੇਰੀ ਉਹਨੇ ਗੱਡੀ ਬੜਾ ਚਰਚ ਲਈ ਆ ਮੈਨੂੰ ਕਦੇ ਉਹਦੇ ਤੋਂ ਕੋਈ ਸ਼ਿਕਾਇਤ ਨਹੀਂ ਪੈਸਿਆਂ ਦਾ ਪੂਰਾ ਇਮਾਨਦਾਰ ਵਧੀਆ ਬੱਚਾ ਉਹਦੇ ਨੂੰ ਇਹਦਾ ਪਿਓ ਖੁਦ ਜਾ ਕੇ ਬਿਆਨ ਦਿੰਦਾ ਹੈ ਕਿ ਇਹ ਮੈਂਟਲੀ ਅਫਸੈਟ ਹੀ ਇਹ ਤਾਂ ਕਰਕੇ ਨੇ ਸੁਸਾਈਡ ਕਰ ਲਿਆ ਇਸ ਕੁੜੀ ਨਾਲ ਦਾ ਕੋਈ ਲੈਣ ਦੇਣ ਨਹੀਂ ਉਹਨੂੰ ਉਹਦੇ ਤੇ ਜੋ ਕਾਨੂੰਨੀ ਬਣਦੀ ਕਾਰਵਾਈ ਹੀ ਉਹ ਕਰਨੀ ਚਾਹੀਦੀ ਸੀ ਕਰਨੀ ਚਾਹੀਦੀ ਅਸੀਂ ਮੰਨਦੇ ਆਂ ਕਿ ਚਲੋ ਮੁੰਡੇ ਦੀ ਵੀ ਗਲਤੀ ਹੋਊਗੀ ਇਸ ਚੀਜ਼ ਵਿੱਚ ਪਰ ਕੁੜੀ ਦੀ ਇਕੱਲੀ ਦੀ ਸਪੋਰਟ ਇਹਨਾਂ ਨੇ ਕਿਉਂ ਕੀਤੀ ਹੂੰ ਕਿਉਂ ਕੀਤੀ ਕੁੜੀ ਦੀ ਸਪੋਰਟ ਜੇ ਗਲਤੀ ਮੁੰਡੇ ਸੀ ਕੁੜੀ ਦੀ ਸੀ ਕਿ ਚਲੋ ਜਿਹੜਾ ਪੈਸਾ ਇਹਨਾਂ ਨੇ ਆਪ ਖਾਦਾ ਦੂਜਿਆਂ ਨੂੰ ਖਵਾਇਆ ਉਹ ਮੁੰਡੇ ਦੇ ਟ੍ਰੀਟਮੈਂਟ ਤੇ ਲਾ ਦਿੰਦੇ ਅਸੀਂ ਆਪਣੇ ਬੱਚੇ ਨੂੰ ਸੰਭ ਲੈਂਦੇ ਹੂੰ ਹੁਣ ਮੁੱਕ ਦੀ ਗੱਲ ਕੀ ਆ ਸਰੂਪ ਸਿੰਘ ਦੀ ਸਗੀ ਪਤੀਜੀ ਕਹਿ ਰਹੀ ਆ ਕਿਰਪਾ ਸਰੂਪ ਸਿੰਘ ਬਹੁਤ ਜਿਆਦਾ ਚੀਜ਼ਾਂ ਤੇ ਗੁਨੇਗਾਰ ਆ ਇਹਨੇ ਇੱਕ ਹਸਾਬ ਦੇ ਇਹਦੇ ਦੋ ਭਰਾ ਖਾ ਗਿਆ ਜਿਸ ਭੈਣ ਵਿਚਾਰੀ ਇਕੱਲੀ ਰਹਿ ਗਈ ਐਸ ਟਾਈਮ ਇਸ ਦੁਨੀਆ ਤੇ ਕਿਉਂਕਿ ਜਿਹੜਾ ਪਿਓ ਹੀ ਉਹਨੇ ਤਾਂ ਪਹਿਲੇ ਦੂਜਾ ਵਿਆਹ ਕਰਾ ਲਿਆ ਦੋਵਾਂ ਭਰਾਵਾਂ ਦਾ ਸਹਾਰਾ ਹੀ ਤੇ ਭਰਾ ਦੋਨੇ ਖਤਮ ਦੋਨੇ ਅਕਸੀਡੈਂਟ ਚ ਹੈ ਨਹੀਂ ਇਹਦਾ ਜ਼ਿੰਮੇਵਾਰ ਕੌਣ ਆ ਸਰੂਪ ਸਿੰਘ ਹੁਣ ਕਈ ਬੰਦੇ ਸਵਾਲ ਕਰਦੇ ਸੀ ਕਿ ਕੱਲਾ ਹਰਮਨ ਕਿਉਂ ਬੋਲਦਾ ਸਰੂਪੇ ਦੀਆਂ ਨੋਹਾਂ ਕਿਉਂ ਬੋਲਦੀਆਂ ਐ ਅੱਜ ਦੇਖ ਲਓ ਉਹਨਾਂ ਦੀ ਸਾਕੀ ਭਤੀਜੀ ਆ ਠੀਕ ਹੈ ਔਰ ਇਕਲੇ ਨਹੀਂ ਇਹਨਾਂ ਦਾ ਜਿਹੜਾ ਦੂਸਰਾ ਭਰਾ ਵੀ ਹੈ ਸਰੂਪ ਸਿੰਘ ਦਾ ਉਹ ਵੀ ਇਸ ਮਸਲੇ 'ਚ ਸਾਡੇ ਨਾਲ ਖੜਾ ਉਹਨਾਂ ਨਾਲ ਵੀ ਸਾਡੀ ਗੱਲਬਾਤ ਸਾਰੇ ਸਾਡੇ ਨਾਲ ਖੜੇ ਆ ਟਾਂਡੇ ਵਾਲੇ ਤਾਇਆ ਇਹਨਾਂ ਦਾ ਖੁਦ ਸਰੂਪ ਸਿੰਘ ਦਾ ਜਿਹੜਾ ਪਿੰਡ ਆ ਖੁਰਦਾ ਪਿੰਡ ਮੇਰੀ ਅੱਜ 8-9 ਬੰਦਿਆਂ ਨਾਲ ਗੱਲਬਾਤ ਹੋਈ ਆ ਇਹਦੇ ਜਿਹੜੇ ਮੁੰਡੇ ਖੁਰਦਾ ਪਿੰਡ ਦੇ ਬਾਹਰ ਬਹੁਤ ਨੇ ਸਾਰੇ ਮੇਰੇ ਨਾਲ ਕੰਟੈਕਟ 'ਚ ਆ ਗੱਲਬਾਤ ਕਰਦੇ ਟੋਟਲ ਹੀ ਸਾਰੇ ਇਹਦੇ ਵਿਰੋਧ 'ਚ ਆ ਇਹਦੀਆਂ ਹਰਕਤਾਂ ਕਰਕੇ ਐਦਾਂ ਦੇ ਪਤਾ ਨਹੀਂ ਕਿੰਨੇ ਘਰ ਇਹਨੇ ਖਰਾਬ ਕੀਤੇ ਆਪਣੇ ਹੀ ਹੁਣ ਆਪਣੀਆਂ ਭਤੀਜੀਆਂ ਯਾਨੀ ਕਿ ਇਹਦੀਆਂ ਆਪਣੀਆਂ ਧੀਆਂ ਨੇ ਸਰੂਪ ਸਿੰਘ ਦੀ ਇਹ ਬੇਟੀ ਹੈ ਸਮਝੋ ਭਤੀਜੀ ਆਪਣੀ ਬੱਚੀ ਹੁੰਦੀ ਹੈ ਉਹਦੇ ਤੇ ਕਾਰਵਾਈ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਠੀਕ ਹੈ ਹੁਣ ਜਦੋਂ ਅੱਗੇ ਕੋਈ ਸਚਾਈ ਨਹੀਂ ਲੱਭੀ ਪੁਲਿਸ ਕਿੰਨਾ ਵਿਚਾਰ ਦਬਾ ਸਕਦੀ ਹੈ ਪੁਲਿਸ ਉਹਨਾ ਚਿਰ ਦਬਾ ਸਕਦੀ ਹੈ ਜਿੰਨਾ ਚਿਰ ਉਹਦੇ ਤੇ ਉਤੋਂ ਪੂਰਾ ਪ੍ਰੈਸ਼ਰ ਹੋਏ ਜਦੋਂ ਪੁਲਿਸ ਨੂੰ ਵੀ ਪਤਾ ਲੱਗ ਜੇ ਨਾ ਕਿ ਭਈ ਇਹ ਹੁਣ ਇੱਥੋਂ ਤੱਕ ਹੀ ਪ੍ਰੈਸ਼ਰ ਚੱਲਣਾ ਹੈ ਤਾਂ ਉਹ ਵੀ ਪਿੱਛੇ ਹਟ ਜਾਂਦੀ ਹੈ ਹੁਣ ਤੁਸੀਂ ਕੀ ਮੰਗ ਕਰਦੇ ਹੋ ਸੰਗਤ ਕੀ ਕੀ ਕਰੇ ਦੇ ਤੇ ਹੱਲ ਕੋਈ ਸੰਗਤ ਇਹ ਹੀ ਕਰੇ ਕਿ ਜੋ ਵੀ ਹੁਣ ਹੈਗਾ ਸਲੀਅਰ ਸਾਰਿਆਂ ਦੇ ਸਾਹਮਣੇ ਆ ਮੈਂ ਜਿੰਦੀ ਜੱਗ ਦੀ ਸਬੂਤੋਂ ਇਸ ਚੀਜ਼ ਦੀ ਮੇਰਾ ਘਰ ਬਰਬਾਦ ਕਰ ਦਿੱਤਾ ਮੇਰੇ ਦੋ ਭਰਾ ਮੁੱਕ ਗਏ ਸਿਰਫ ਇਹਨਾਂ ਦੀ ਵਜ੍ਹਾ ਨਾਲ ਜੇ ਆਪਣੀ ਨੂੰ ਨੂੰ ਇਹ ਸਪੋਰਟ ਨਹੀਂ ਕਰਦੇ ਉਸ ਜਨਾਨੀ ਨੂੰ ਇਹ ਕਿਉਂ ਸਪੋਰਟ ਕਰਦੇ ਜਿਹੜਾ ਮੁੰਡਾ ਗਲਤ ਹੈ ਤੇ ਉਹਨੂੰ ਕਿਉਂ ਨਹੀਂ ਕਹਿੰਦੇ ਕਿ ਤੂੰ ਇਹਦਾ ਖਹਿੜਾ ਛੱਡ ਦੇ ਕਿਉਂ 25 ਲੱਖ ਰੁਪਏ ਦੀ ਡਿਮਾਂਡ ਰੱਖੀ ਗਈ ਬਿਲਕੁਲ ਬਿਲਕੁਲ ਜਦੋਂ ਪਤਾ ਪਹਿਲੀ ਸਾਡੀ ਬਾਬੇ ਸਰੂਪ ਸਿੰਘ ਦੇ ਅੰਡਰ ਵਖੰਡੀ ਆ ਜੋ ਵੀ ਥੋੜੀ ਬਹੁਤੀ ਪਹਿਲੀ ਹੈ ਨਾ ਸਾਡੀ ਜਿਹੜੀ ਜਾਇਦਾਦ ਹੈ ਪਿੱਛੋਂ ਉਹ ਬਾਬੇ ਸੂਪ ਸਿੰਘ ਦੇ ਕੋਲ ਆ ਉਹ ਹੋਂਦਾ ਅੱਜ ਤੋਂ ਘੱਟ ਤੋਂ ਘੱਟ ਵੀ 20 ਸਾਲ ਪਹਿਲਾਂ ਤੋਂ ਇਹਦੇ ਅੰਡਰ ਆ ਮੁੰਡੇ ਦੇ ਹੱਥ ਕੁਝ ਨਹੀਂ ਘਰ ਸੀਗਾ ਉਹ ਵੀ ਉਹਦੇ ਕੋਲ ਇਹਨਾਂ ਸਭ ਕੁਝ ਹੋਣ ਦੇ ਬਾਵਜੂਦ ਬਾਬਾ ਕਿਉਂ ਉਹਦੀ ਗਵਾਹੀ ਦਿੰਦਾ ਸੀ ਕਿਉਂ ਇੰਨੀ ਗੱਲ ਕਹਿੰਦਾ ਸੀਗਾ ਕਿ 25 ਲੱਖ ਦੇ ਤੇ ਦਾ ਛਟਕਾਰਾ ਕਰਾ ਦੇਣਾ ਜੇ 25 ਲੱਖ ਹੁੰਦਾ ਤੇ ਉਹ ਆਪਣੇ ਘਰ ਨਾ ਰਹਿੰਦਾ ਹੂੰ ਬਿਲਕੁਲ ਆਪਣਾ ਅਜ ਉਹ ਇਸ ਕਰਕੇ 25 ਲੱਖ ਕਮਾਉਣ ਕਰਕੇ ਉਹ ਡੋਂਕੀ ਲਾ ਕੇ ਬਾਹਰ ਗਿਆ ਇਸ ਕਰਕੇ ਗਿਆ ਕਿ ਮੈਂ 25 ਲੱਖ ਇਹਦੇ ਮੂੰਹ ਮਾਰਾ ਤੇ ਮੇਰਾ ਛਟਕਾਰਾ ਹੋ ਜਾਏ ਮੇਰੀ ਜ਼ਿੰਦਗੀ ਬਣ ਜਾਏ ਉਹਦੀ ਕਿਹੜੀ ਹਜੀ ਉਮਰ ਸਿਰਫ 34 ਸਾਲ ਉਹਦੀ ਉਮਰ ਹੈ ਰਹਿੰਦੀ ਲਾਈਫ ਉਹਨੇ ਕਿੱਦਾਂ ਕੱਢਣੀ ਸੀਗੀ ਬਿਲਕੁਲ ਬਿਲਕੁਲ ਹੁਣ ਇਹਦੇ ਤੇ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਕਿ ਜਿਹੜਾ ਇਹਦਾ ਕਤਲ ਦਾ ਪਰਚਾ ਹੈ ਨਾ ਇਹਦੇ ਮਰਡਰ ਦਾ ਪਰਚਾ ਉਹ ਸਿੱਧਾ ਜਿੱਦਾ ਸਰੂਪ ਸਿੰਘ ਦੇ ਪੈਣਾ ਚਾਹੀਦਾ ਜਿਨੇ ਇਹ ਇਕੱਲੇ ਇਹ ਕਰ ਨਹੀਂ ਐ ਮੇਰੇ ਕੋਲ ਇਦਾਂ ਦੀਆਂ ਬੇੰਤ ਕਹਾਣੀਆਂ ਪਈਆਂ ਸਿਰਫ ਇਹ ਅੱਜ ਭੈਣ ਨੇ ਬੜਾ ਤਕੜਾ ਜਿਗਰਾ ਕੀਤਾ ਕੈਮਰੇ ਸਾਹਮਣੇ ਆਉਣ ਦਾ ਲੋਕ ਡਰਦੇ ਐ ਮੇਰੇ ਤੋਂ ਬਹੁਤ ਭੈਣਾਂ ਨੇ ਮੇਰੇ ਕੋਲ ਇੰਨੇ ਹਿਸਟਰੀਆਂ ਪਈਆਂ ਭੈਣਾਂ ਦੀਆਂ ਜਿਨ੍ਹਾਂ ਨੇ ਮੈਸੇਜ ਕਰ ਕਰਕੇ ਦੱਸਿਆ ਕਿ ਸਾਡੇ ਨਾਲ ੱਤਕਾ ਹੋਇਆ ਸਾਡੇ ਨਾਲ ਰੇਪ ਹੋਇਆ ਸਾਡੇ ਨਾਲ ਇਹ ਕੁਝ ਹੁੰਦਾ ਰਿਹਾ ਬੜੀਆਂ ਕੁੜੀਆਂ ਨੇ ਦੱਸੀਆਂ ਆਪਣੀਆਂ ਕਹਾਣੀਆਂ ਬਹੁਤ ਕੁਝ ਹੋਇਆ ਇਹ ਸੰਤ ਨਹੀਂ ਐ ਇਹ ਸਿਰੇ ਦਾ ਗੰਦਾ ਬੰਦਾ ਇਹਨੇ ਕੋਈ ਨਹੀਂ ਬਖਸ਼ਿਆ ਕੋਈ ਨਹੀਂ ਬਖਸ਼ਿਆ ਇਹਦੀ ਇਨਕੁਆਰੀ ਕਰਾਉਣੀ ਹੈ ਇਹਦੇ ਆਪਣੇ ਪਿੰਡ ਖੁਰਦਾ ਚੱਲ ਜੋ ਤੁਹਾਨੂੰ ਸਾਰਾ ਪਿੰਡ ਦੱਸੂਗਾ ਸਿਰਫ 2-3 ਬੰਦੇ ਨੇ ਜਿਹੜੇ ਇਹਨੇ ਕਾਣੇ ਕੀਤੇ ਆ ਜਿਹੜੇ ਇਹਦੀ ਸਿਰਫ سپورਟ ਚ ਸਿਰਫ 2-3 ਬੰਦੇ ਨੇ ਤੁਹਾਡੇ ਸਾਹਮਣੇ ਇਹ ਭੈਣ ਦਾ ਦਰਦ ਇਹਨੇ ਆਪਣਾ ਰੱਖਤਾ ਹੁਣ ਸੰਗਤ ਜੀ ਤੁਸੀਂ ਫੈਸਲਾ ਕਰਨਾ ਕਿ ਇਹ ਸੰਤ ਆ ਤੇ ਜਾਂ ਸਿਰੇ ਦਾ ਚੋਰ ਠੱਗ ਆਯਾਸ਼ ਬੰਦਾ ਹੋਰ ਕੋਈ ਗੱਲ ਕਹਿਣਾ ਚਾਹੁੰਦੇ ਤੁਸੀਂ ਪਾਸ ਇਹ ਹੀ ਕਹਿਣਾ ਚਾਹੁੰਨੀ ਆ ਕਿ ਜਿਹੜੀ ਹੁਣ ਲੱਭਦੀ ਫਿਰਦੀ ਆ ਦਰਖਾਸਤਾਂ ਕਰਦੀ ਫਿਰਦੀ ਕਿ ਉਹਨੂੰ ਕਹਿ ਕੇ ਹੁਣ ਮਰ ਗਿਆ ਛੱਡ ਦੇ ਉਹਦਾ ਖਹਿੜਾ ਬਿਲਕੁਲ ਤੁਸੀਂ ਫਿਕਰ ਨਹੀਂ ਕਰਨਾ ਆਪਾਂ ਤੁਹਾਡੇ ਨਾਲ ਆਹੀਂ ਤੁਹਾਡੀ ਸਾਰੀ ਹਾਂ ਸਾਰੇ ਆਹੀਂ ਲੱਦੀ ਨਹੀਂ ਹੈਗੀ ਜੇ ਮੈਂ ਡਰਦੀ ਹੁੰਦੀ ਅੱਜ ਮੈਂ ਇੱਥੇ ਨਹੀਂ ਸੀ ਹੁਣਾ ਮੈਂ ਬਿਲਕੁਲ ਮੇਰਾ ਭਰਾ ਸੀ ਮੈਂ ਉਹਦੀ ਸਪੋਰਟ ਚ ਖਲੋਣਾ ਅੱਜ ਇਹ ਦਰਖਾਸਤਾਂ ਦਿੰਦੀ ਕਿ ਕੁੜੀ ਨੂੰ ਪੁੱਛੋ ਕੁੜੀ ਕਮਾਈ ਖਾਂਦੀ ਸੀ ਜੇ ਉਹ ਕਮਾਈਆਂ ਖਾਂਦੇ ਹੁੰਦੇ ਜੇ ਬਾਬੇ ਇੰਨੀ ਆ ਤਨਖਾਵਾ ਆਪਣੇ ਜਥੇ ਦੇ ਸਿੰਗਲ ਨੂੰ ਦੇਣ ਤੇ ਉਹਨਾਂ ਦਾ ਟੱਬਰ ਕਿਉਂ ਰੋਲੇ ਹਾਂਜੀ ਬਿਲਕੁਲ ਇਹ ਵੀ ਬੜਾ ਤਗੜਾ ਸਵਾਲ ਆ ਸਿਰਫ ਜਥੇ ਵਾਲਿਆਂ ਨੂੰ ਕੀ ਕੀਤਾ ਜਾਂ ਜਥੇ ਵਾਲਿਆਂ ਦੇ ਵਿੱਚ ਕੋਈ ਕਸੂਰ ਨਹੀਂ ਜਥੇ ਵਾਲਿਆਂ ਨੂੰ ਐਸੇ ਐਸੇ ਤਰੀਕੇ ਨਾਲ ਉਹਨਾਂ ਨੂੰ ਇੱਕ ਜਾਲ ਪਾ ਦਿੱਤਾ ਜਾਂਦਾ ਹੈ ਨਾ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਉਹਨਾਂ ਦੇ ਘਰਾਂ ਤੇ ਹੀ ਕਬਜ਼ਾ ਕੀਤਾ ਜਾਂਦਾ ਹੈ ਕਿ ਉਹ ਇੱਕ ਨਾ ਸਿਰਫ ਰਸੀ ਉਹਨਾਂ ਦੇ ਆਪਣੇ ਹੱਥ ਫੜ ਕੇ ਰੱਖਦੇ ਉਹਨਾਂ ਦੇ ਘਰ ਦੇ ਜਿਹੜੇ ਪਲਾਂਟਡ ਬੰਦੇ ਹੁੰਦੇ ਆ ਸਰੂਪ ਸਿੰਘ ਵਰਗਿਆਂ ਦੇ ਉਹ ਇਹ ਕਰਕੇ ਜਥੇ ਵਾਲੇ ਕਦੇ ਆਵਾਜ਼ ਨਹੀਂ ਚੁੱਕ ਸਕਦੇ ਪਿੱਛੇ ਕੰਬਰਸਰ ਦੇ ਮੁੰਡੇ ਨੇ ਆਵਾਜ਼ ਚੁੱਕੀ ਸੀ ਤਾਂ ਵਿਚਾਰੇ ਨੂੰ ਦੁਖੀ ਕਰਤਾ ਸੀ ਦਰਖਾਸਤਾਂ ਦੇ ਦੇ ਕੇ ਇੰਨਾ ਪਰੇਸ਼ਾਨ ਕਰਦੇ ਅਗਲੀ ਗੱਲ ਮੈਂ ਸ਼ਾਰਟ ਚ ਮਕਾ ਦਿੰਨਾ ਇੱਕ ਗੀਤਾ ਨਾਮ ਦੀ ਬੀਬੀ ਆ ਸਰੂਪ ਸਿੰਘ ਦੇ ਡੇਰੇ ਤੋਂ 20-22 ਸਾਲ ਤੋਂ ਰਹਿ ਰਹੀ ਆ ਠੀਕ ਆ ਉਹਨੂੰ ਵੀ ਇੰਨਾ ਜ਼ਿਆਦਾ ਪਰੇਸ਼ਾਨ ਕੀਤਾ ਪਰੇਸ਼ਾਨ ਕਰਨ ਦਾ ਕਾਰਨ ਕੀ ਸੀ ਕਿ ਉਹਨੇ ਸਰੂਪ ਸਿੰਘ ਦੇ ਬੰਦੇ ਗਰਨਾਮ ਸਿੰਘ ਆਨੰਦ ਸੈਕਟਰੀ ਜੁਆਇੰਟ ਸੈਕਟਰੀ ਦੇ ਖਿਲਾਫ ਕੰਪਲੇਂਟ ਦਿੱਤੀ ਉਹਦੇ ਜਿਹੜਾ ਉਹਦੇ ਨਾਲ ਧੱਕੇਸ਼ਾਹੀ ਕਰਦਾ ਸੀ ਉਹਦੇ ਖਿਲਾਫ ਕੰਪਲੇਂਟ ਕੀਤੀ ਬੀਬੀ ਨੂੰ ਕਿਹਾ ਗਿਆ ਕਿ ਕੰਪਲੇਂਟ ਵਾਪਸ ਲੈ ਬੀਬੀ ਨੇ ਕੰਪਲੇਂਟ ਵਾਪਸ ਨਹੀਂ ਲਈ ਫਿਰ ਟਰਸਟ ਨੇ ਫੈਸਲਾ ਦਿੱਤਾ ਕਿ ਬੀਬੀ ਨੂੰ ਆਪਾਂ ਡੇਰੇ ਚੋਂ ਕੱਢ ਦੇਣਾ ਕੱਲ ਉਹਦੀਆਂ ਵੀਡੀਓ ਵੀ ਚੱਲ ਰਹੀਆਂ ਨੇ ਮੇਰੇ ਕੋਲ ਉਹਦਾ ਨੋਟਿਸ ਵੀ ਪਿਆ ਜਿਹੜਾ ٹرسٹ ਨੇ ਦਿੱਤਾ ਇਲੀਗਲ ਤਰੀਕੇ ਨਾਲ 20 ਬਾਈ ਸਾਲ ਤੋਂ ਬੀਬੀ ਉੱਥੇ ਰਹਿ ਰਹੀਆਂ ਪਰ ਉਹਨੂੰ ਕੱਢਣ ਦੇ ਹੁਕਮ ਜਾਰੀ ਕਰਦੇ 50 ਪਲੱਸ ਬੀਬੀ ਦੀ ਉਮਰ ਨਾ ਉਹਦਾ ਮਾਪਿਓ ਨਾ ਉਹਦਾ ਸਿਰ ਤੇ ਕੋਈ ਹੋਰ ਸਹਾਰਾ ਕੋਈ ਨਹੀਂ ਹੈਗਾ ਸਿਰਫ ਜੇ ਸਰੂਪ ਸਿੰਘ ਤੇ ਕੋਈ ਖਿਲਾਫ ਆਵਾਜ਼ ਚੁੱਕੇ ਉਹਦੇ ਤੇ ਇਹ ਕਾਰਵਾਈਆਂ ਹੁੰਦੀਆਂ ਔਰ ਜਥੇਬੰਦੀਆਂ ਵੀ ਚੁੱਪ ਉਹਨਾਂ ਨੂੰ ਉਹਨਾਂ ਨੂੰ ਸਿਰਫ ਲਫਾਫਿਆਂ ਦਾ ਮਤਲਬ ਸਿਰਫ ਇਸ ਮਸਲੇ ਦਾ ਮਤਲਬ ਕਿ ਉਹ ਸਰਸੀ ਵਾਲਾ ਭਰੋਲ ਤੇ ਆ ਗਿਆ ਬਸ ਉਹਦਾ ਵਿਰੋਧ ਕਰ ਦੋ ਤੇ ਦੋ ਚਾਰ ਹੋਰ ਬਸ ਆਪਣੇ ਵੱਲਾਂ ਝੱਤੀ ਮਾਰਿਓ ਆਪਣੀ ਮੰਜੀ ਥੱਲੇ ਝੋਟਾ ਨਾ ਮਾਰ ਕੇ ਦੇਖਿਓ ਕਿ ਸਾਡੀ ਕੌਮ ਦੇ ਵਿੱਚ ਸਾਡੇ ਜਿਹੜੇ ਗੰਦ ਬਾਬੇ ਬੈਠੇ ਆ ਇਹ ਕੀ ਕਰਤੂਤਾਂ ਕਰਦੇ ਪਏ ਆ ਸੰਗਤ ਜੀ ਇਸ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰਿਓ ਢੈਣ ਦਾ ਦਰਦ ਜਿਹੜਾ ਉਹ ਕੱਲੇ-ਕੱਲੇ ਤੱਕ ਪਹੁੰਚੇ ਤੇ ਲੋਕਾਂ ਨੂੰ ਪਤਾ ਲੱਗੇ ਕਿ ਸਰੂਪ ਸਿੰਘ ਸੰਤ ਦੀ ਅਸਲ ਸੱਚਾਈ ਕੀ ਆ ਤੁਹਾਡੇ ਸਾਹਮਣੇ ਆ ਠੀਕ ਹੈ ਕੋਸ਼ਿਸ਼ ਕਰਾਂਗੇ ਇਦਾਂ ਦੀ ਇੱਕ ਹੋਰ ਵੀ ਵੀਡੀਓ ਜਲਦ ਆ ਰਹੀ ਹੈ ਉਹ ਵੀ ਇੱਕ ਬੀਬੀ ਭੈਣ ਜਿਹੜੀ ਆ ਉਹ ਦੁਖੀ ਆ ਉਹ ਇਹਦੇ ਤੋਂ ਵੀ ਤਗੜੀਆਂ ਤਗੜੀਆਂ ਗੱਲਾਂ ਹੁਣ ਇਹਦੇ ਸਰੂਪ ਸਿੰਘ ਦੇ ਖਿਲਾਫ ਸਾਹਮਣੇ ਆਉਣਗੀਆਂ ਇੰਨੀਆਂ ਕਿ ਬੇਨਤੀਆਂ ਨੂੰ ਪ੍ਰਵਾਨ ਕਰਿਓ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਫਿਰ ਮਿਲਦੇ ਆਂ ਜੀ ਇੱਕ ਨਵੀਂ ਵੀਡੀਓ ਨਾਲ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ